अकीका वो कुर्बानी है जिहड़ी नौजीदा पैदा होने वाले बच्चे वास्ते कीती जाती है, अल्लाह ताला दा कुरब ते बच्चे दी नेमत ते अल्लाह दा शुक्र अदा करन वास्ते। ते उलमा दी अक्सरियत जिहड़ी है इहनू सुन्नत मौकदा कहिंदी है, जिवें कि रसूलुल्लाह सल्लल्लाहु अलैहि वसल्लम ने दस्या, लड़के दी तरफों दो बकरियां ते लड़की दी तरफों एक बकरी ज़िबा कीती जाएगी। इहदी उम्र ਉਹੀ ਜਿਹੜੀ ਬੱਕਰੀ ਔਰ ਭੇਡ ਦੀ ਉਮਰ ਕੁਰਬਾਨੀ 'ਚ ਹੈ ਉਸੇ ਤਰ੍ਹਾਂ ਹੀ ਉਹਦੇ ਤਾਬੀ ਹੋਏਗੀ। ਦੁੰਬੇ ਦੀ ਉਮਰ 6 ਮਹੀਨੇ ਅਤੇ ਇਸ ਤੋਂ ਜ਼ਿਆਦਾ, ਅਤੇ ਬੱਕਰੀ ਦੀ ਉਮਰ 1 ਸਾਲ ਜਾਂ ਇਸ ਤੋਂ ਜ਼ਿਆਦਾ। ਇਹਦਾ ਗੋਸ਼ਤ ਅਤੇ ਨਾ ਹੀ ਇਹਦੀ ਖੱਲ ਅਤੇ ਨਾ ਹੀ ਇਹਦੀ ਕੋਈ ਚੀਜ਼ ਫਰੋਖਤ ਕੀਤੀ ਜਾਏਗੀ, ਔਰ ਇਹਦੇ 'ਚ ਉਹਨਾਂ ਐਬਾਂ ਦਾ ਖਿਆਲ ਕੀਤਾ ਜਾਏਗਾ ਜਿਹੜਾ ਕੁਰਬਾਨੀ 'ਚ ਕੀਤਾ ਜਾਂਦਾ ਹੈ। ਕਾਣਾ ਜਿਹਦਾ ਕਾਣਾਪਨ ਵਾਜ਼ੇ ਹੋਵੇ ਅਤੇ ਲੰਗੜਾ ਜਿਹਦਾ ਲੰਗੜਾਪਨ ਵਾਜ਼ੇ ਹੋਵੇ, ਅਤੇ ਉਹ ਬਿਮਾਰ ਜਿਹਦੀ ਬਿਮਾਰੀ ਵਾਜ਼ੇ ਅਤੇ ਹੋਵੇ ਅਤੇ ਕਮਜ਼ੋਰ। ਅਕੀਕਾ ਦੇ ਜ਼ਿਬਾ ਕਰਨ ਦਾ ਵਕਤ ਬੱਚੇ ਦੀ ਪੈਦਾਇਸ਼ ਦੀ ਤਕਮੀਲ ਤੋਂ ਸ਼ੁਰੂ ਹੋ ਜਾਂਦਾ ਹੈ। ਅਕੀਕਾ ਇਸ ਤੋਂ ਪਹਿਲੇ ਸਹੀ ਨਹੀਂ ਹੈ ਕਰਨਾ। 7ਵੇਂ ਦਿਨ ਅਕੀਕਾ ਕਰਨਾ ਮੁਸਤਹੱਬ ਹੈ, ਔਰ ਅਗਰ ਇਹ ਮੁਮਕਿਨ ਨਾ ਹੋਵੇ ਤਾਂ 14ਵੇਂ ਦਿਨ ਅਕੀਕਾ ਕੀਤਾ ਜਾਏ, ਅਗਰ ਇਹ ਮੁਮਕਿਨ ਨਾ ਹੋਵੇ ਤਾਂ 21ਵੇਂ ਦਿਨ ਦੀ ਤਰਫ ਅਕੀਕਾ ਜਿਹੜਾ ਹੈ ਚਲਾ ਜਾਏਗਾ। ਔਰ ਪੈਦਾਇਸ਼ ਦਾ ਦਿਨ 7ਵੇਂ ਦਿਨ 'ਚ ਸ਼ੁਮਾਰ ਕੀਤਾ ਜਾਂਦਾ ਹੈ, ਅਗਰ ਰਾਤ 'ਚ ਪੈਦਾ ਹੋਇਆ ਬੱਚਾ ਤਾਂ ਰਾਤ ਦਾ ਸ਼ੁਮਾਰ ਨਹੀਂ ਕੀਤਾ ਜਾਏਗਾ ਬਲਕਿ ਅਗਲੇ ਦਿਨ ਦਾ ਹਿਸਾਬ ਲਗਾਇਆ ਜਾਏਗਾ। ਅਤੇ ਆਪ ਸੱਲੱਲਾਹੁ ਅਲੈਹਿ ਵਸੱਲਮ ਨੇ ਦੱਸਿਆ ਕਿ ਬੱਚਾ ਗਿਰਵੀ ਰੱਖਿਆ ਹੋਇਆ ਆਪਣੇ ਅਕੀਕੇ ਦੇ ਨਾਲ, ਅਤੇ 7ਵੇਂ ਦਿਨ ਉਹਦੇ ਤੋਂ ਜਾਨਵਰ ਉਹਦੀ ਤਰਫੋਂ ਜ਼ਿਬਾ ਕੀਤਾ ਜਾਏ, ਔਰ ਉਸ ਬੱਚੇ ਦਾ ਨਾਮ ਰੱਖਿਆ ਜਾਏ ਅਤੇ ਉਹਦਾ ਸਿਰ ਮੁੰਡਵਾਇਆ ਜਾਏ। ਅਤੇ ਅਕੀਕਾ ਖਾਇਆ ਜਾਂਦਾ ਹੈ, ਤੋਹਫੇ ਦਿੱਤਾ ਜਾਂਦਾ ਹੈ ਅਤੇ ਸਦਕਾ ਕੀਤਾ ਜਾਂਦਾ ਹੈ। ਇਹਦੇ ਬਾਰੇ ਕੋਈ ਹੱਦਬੰਦੀ ਨਹੀਂ ਕੀਤੀ ਗਈ। ਇਹਨਾਂ 'ਚ ਜੋ ਵੀ ਕਰ ਲਏ ਜਾਇਜ਼ ਹੈ, ਗੋਸ਼ ਕੱਚਾ ਜਾਂ ਪੱਕਿਆ ਹੋਇਆ ਦੇ ਸਕਦਾ ਹੈ, ਅਤੇ ਖਾਣਾ ਪਕਾਉਣਾ ਜ਼ਿਆਦਾ ਬਿਹਤਰ ਔਰ ਅਫਜ਼ਲ ਹੈ।